ਲੱਡੂ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਆਈ ਤੇਰਾ ਗੱਲ ਸਹੀ ਆ ਯਾਰ ਇਹ ਹਨਾ ਲੋਕਾਂ ਨੂੰ ਲੱਗਦਾ ਵੀ ਕਹਿੰਦੇ ਕੁੜੀਆਂ ਕੜੀਆਂ ਦੇ ਪਿੱਛੇ ਤੁਰੇ ਫਿਰਦੇ ਹਨਾ ਗੇੜੇ ਮਾਰਦੇ ਜਗਦੇਵ ਸੋਹੀ ਹੈਪੀ ਕਕਰਾਲੀ ਬਾਈ ਦਾ ਨਾਮ ਆ ਸੋ ਕਰਦੇ ਜੇ ਇੱਕ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ ਸਾਈਡ ਬੈਗ ਵਿੱਚ ਦੋ ਚੀਜ਼ਾਂ ਰੱਖਾਂ ਮੈਂ ਵਿਦਆਊਟ ਦੀ ਸਲਾਈਫ ਨੂੰ ਸਟਾਪ ਲੱਗ ਜੂ ਰੋ ਪਿੱਟ ਵੈਰੀ ਜ਼ਿੰਦਗੀ ਨੂੰ ਕੱਟ ਦੇ ਮੇਰੇ ਮਰੇ ਤੋਂ ਵਿਚਾਰਿਆਂ ਦਾ ਕੀਤਾ ਫੱਪ ਜੂ ਉਹ ਦੁਨੀਆਂ ਨੂੰ ਜਿੱਤਣੇ ਦਾ ਮਕਸਦ ਮੇਰਾ ਮੈਨੂੰ ਰੋਕਣ ਲਈ ਵੈਰੀਆਂ ਦੀ ਅੱਡੀ ਕੱਸ ਗਈ ਲੱਡੂ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਆਈ ਤੇਰਾ ਹੈ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਗੱਲ ਸਹੀ ਆ ਯਾਰ ਇਹ ਹਨਾ ਲੋਕਾਂ ਨੂੰ ਲੱਗਦਾ ਵੀ ਕਹਿੰਦੇ ਕੁੜੀਆਂ ਕੜੀਆਂ ਦੇ ਪਿੱਛੇ ਤੁਰੇ ਫਿਰਦੇ ਹਨਾ ਗੇੜੇ ਮਾਰਦੇ ਐ ਨੀ ਪਤਾ ਵੀ ਸਾਡੀ ਗੱਡੀ ਤਾਂ ਸਾਰੀ ਰੌਲਿਆਂ ਚ ਘਸੀ ਹੈਗੀ ਨਾਈਸ ਯਾਰ ਮੈਂ ਆਪਾਂ ਦੁਬਾਰੇ ਸੁਣਦੇ ਯਾਰ ਹੁੱਕ ਲਾਈਨ ਬਾਈ ਕੀ ਕਹਿਣ ਦੀ ਕੋਸ਼ਿਸ਼ ਕਰ ਲੰਡੂ ਹੁਸਨਾ ਦੇ ਪਿੱਛੇ ਪੈਟਰੋਲ ਫੂਕਦੇ ਰਹਿੰਦੇ ਹਨ ਸਾਡੀ ਰੌਲਿਆਂ ਚ ਗੱਡੀ ਹੈਗੀ ਨਾਈਸ ਯਾਰ ਘੈਂਟ ਕੰਮ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਘਸ ਗਈ ਲੰਡੂ ਹੁਸਨਾ ਦੇ ਪਿੱਛੇ ਪੈਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਘਸ ਗਈ ਵਿਜ਼ੂਅਲਸ ਵੀ ਘੈਂਟ ਆ ਯਾਰ ਪਿੱਛੇ ਹਨਾ ਬੁਗਾਟੀ ਆ ਗਈ ਉਹਦੇ ਵਿਜ਼ੂਅਲਸ ਬਣਾਏ ਗਿਆ ਸੋਹਣਾ ਕੰਮ ਲੱਗ ਰਿਹਾ ਪਹਿਲੀ ਰਫਲ ਦੇ ਨਾਲ ਫਤਿਹ ਮੋਰ ਚਮਕ ਕੀਤੇ ਦੂਜੀ ਵਜੇ ਰਾਈਟਰਾਂ ਦੀ ਰਾਣੀ ਨਾ ਖਰੋ ਅੱਲੇ ਪੱਲੇ ਅੱਜ ਤੱਕ ਲੋਕਾਂ ਦੇ ਨਾ ਪਈ ਸਾਡੀ ਡੂੰਗੀ ਲਿਖੀ ਰੱਬ ਨੇ ਕਹਾਣੀ ਨਾ ਖਰੋ ਉਹ ਮਾਰ ਮਾਰ ਰੌਂਦ ਬਿੱਲੋ ਫੂਕ ਦਿੱਤਾ ਚੰਮ ਲੀਕਾਂ ਕੱਟ ਵੈਰੀਆਂ ਦੀ ਬਸ ਹੱਡੀ ਬਚ ਲੱਡੂ ਨਾਈਸ ਯਾਰ ਆਹ ਚੀਜ਼ ਚੈੱਕ ਕਰੋ ਤੁਸੀਂ ਇੱਥੋਂ ਮਿਊਜ਼ਿਕ ਸੁਣਿਓ ਧਿਆਨ ਨਾਲ ਤੁਹਾਨੂੰ ਗਨ ਸ਼ਾਟ ਸੁਣਨਗੇ ਹਨਾ ਉਹ ਘੈਂਟ ਇਫੈਕਟ ਜਿਹਾ ਐਡ ਕਰ ਰਹੇ ਆ ਵੀਡੀਓ ਦੇ ਵਿੱਚ ਇੱਥੋਂ ਚੈੱਕ ਕਰਿਓ ਤੁਸੀਂ ਰਾਈਟਰਾਂ ਦੀ ਰਾਣੀ ਨਾ ਖਰੋ ਅੱਲੇ ਪੱਲੇ ਅੱਜ ਤੱਕ ਲੋਕਾਂ ਦੇ ਨਾ ਪਈ ਸਾਡੀ ਡੂੰਗੀ ਲਿਖੀ ਰੱਬ ਨੇ ਕਹਾਣੀ ਨਾ ਖਰੋ ਉਹ ਮਾਰ ਮਾਰ ਰੌਂਦ ਬਿੱਲੋ ਫੂਕ ਦਿੱਤਾ ਚੰਮ ਲੀਕਾਂ ਕੱਟ ਵੈਰੀਆਂ ਦੀ ਬਸ ਹੱਡੀ ਬਚ ਲੱਡੂ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਲੱਡੂ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਬਾਈ ਦੀ ਵੋਕਲ ਵੀ ਘੈਂਟ ਆ ਯਾਰ ਸੋਹਣਾ ਗਾਇਆ ਬੰਦੇ ਨੇ ਗਾਣਾ ਖਾਸ ਹੋਣ ਨਾਲੋਂ ਬੀਬਾ ਯਾਮੀ ਅਸੀਂ ਚੰਗੇ ਪਰ ਯਾਰ ਮਾਰੀ ਕਾਰੀ ਕਦੇ ਅੱਗੇ ਆਉਣਾ ਨਹੀਂ ਨਰਕਾਂ ਨੂੰ ਤੋਰ ਦੇਣੇ ਮੈਂ ਵੀ ਪਰਸਨ ਨਾਲ ਕਦੇ ਵੈਰ ਪਾਉਣਾ ਨਹੀਂ ਹੁਣ ਆਹ ਚੀਜ਼ ਧਿਆਨ ਨਾਲ ਸੁਣੋ ਬਾਈ ਕਿੰਨੀਆਂ ਘੈਂਟ ਗੱਲਾਂ ਕੀਤੀਆਂ ਗਈਆਂ ਇੱਥੋਂ ਮਤਲਬ ਪੂਰੇ ਧਿਆਨ ਨਾਲ ਸੁਣਿਓ ਤੁਹਾਨੂੰ ਫੇਰ ਪਤਾ ਲੱਗੂ ਬਾਈ ਦਾ ਕਿੰਨੀ ਘੈਂਟ ਚੀਜ਼ ਲਿਖੀ ਆ ਹੋਣ ਨਾਲੋਂ ਬੀਬਾ ਯਾਮੀ ਅਸੀਂ ਚੰਗੇ ਪਰ ਯਾਰ ਮਾਰੀ ਕਾਰੀ ਕਦੇ ਅੱਗੇ ਆਉਣਾ ਨਹੀਂ ਨਰਕਾਂ ਨੂੰ ਤੋਰ ਦੇਣੇ ਮੈਂ ਵੀਕ ਪਰਸਨ ਨਾਲ ਕਦੇ ਵੈਰ ਪਾਉਣਾ ਨਹੀਂ ਤੈਨੂੰ ਵੀਕ ਪਰਸਨ ਨਾਲ ਵੈਰ ਨਹੀਂ ਪਾਉਣਾ ਕਦੇ ਚੜ੍ਹਦਿਆਂ ਤੋਂ ਚੜ੍ਹਦਿਆਂ ਨਾਲ ਹੀ ਪੰਗੇ ਲੈਣੇ ਆ ਜਿੰਨੇ ਲੈਣੇ ਨਾਈਸ ਯਾਰ ਦੂਜੇ ਦਿਨ ਵਿਹੜੇ ਵਿੱਚ ਮੇਰੇ ਦੀਦੀ ਸੂ ਜਿਹੜੀ ਚੀਜ਼ ਸਾਡੀਆਂ ਅੱਖਾਂ ਨੂੰ ਜੱਚ ਗਈ ਲੱਡੂ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਲੱਡੂ ਹੁਸਨਾ ਦੇ ਪਿੱਛੇ ਪਟਰੋਲ ਫੂਕਦੇ ਸਾਡੀ ਰੌਲਿਆਂ ਚ ਕੁੰਮ ਕੁੰਮ ਗੱਡੀ ਕੱਸ ਗਈ ਨਾਮ ਸੱਤੀ ਪਿੰਡ ਕੱਕਰ ਵਾਲੀ ਮੁੰਡੇ ਦਾ ਅੱਗੇ ਅੱਗੇ ਚਰਚਾ ਦੇ ਵਿੱਚ ਮਿਲ ਜੂ
ਇੱਕ ਜੋਰ ਨਾਲ ਉੱਚੇ ਝੰਡੇ ਗੱਡੇ ਮੈਂ ਭੁਲੇਖਾ ਤੇਰਾ ਬੁੱਲਿਆਂ ਤੇ ਨਾਲ ਹਿੱਲ ਜੂ ਉਹਨੂੰ ਜ਼ਿੰਦਗੀ ਤੋਂ ਧੋਣੇ ਪੈਂਦੇ ਹੱਥ ਨਖਰਾਓ ਆ ਕੇ ਜੀ ਦੀ ਜਾਨ ਸਾਡੇ ਪਿੰਜਰੇ 'ਚ ਫਸ ਗਈ ਇੱਥੇ ਰਹਿ ਹੁਸਨਾਂ ਦੇ ਪਿੱਛੇ ਪਟਰਾਉ ਨੂੰ ਫੂਕ ਦੇ ਸਾਡੀ ਔਲਿਆਂ 'ਚ ਕੰਮ ਕੰਮ ਗੱਡੀ ਕਸਦੀ ਲੱਡੂ ਹੁਸਨਾਂ ਦੇ ਪਿੱਛੇ ਪਟਰਾਉ ਨੂੰ ਫੂਕ ਦੇ ਸਾਡੀ ਔਲਿਆਂ 'ਚ ਕੰਮ ਕੰਮ ਗੱਡੀ ਕਸਦੀ ਨਾਈਸ ਯਾਰ ਨਾਈਸ। ਸੋ ਬਈ ਇਹ ਸੀਗਾ ਗਾਣਾ, ਬਹੁਤ ਪਿਆਰਾ ਗਾਣਾ ਸੀ ਯਾਰ, ਘੈਂਟ ਕੰਮ ਕੀਤਾ ਬਾਈ ਨੇ, ਬਾਈ ਦੀ ਵੋਕਲ ਵੀ ਘੈਂਟ ਸੀਗੀ, ਲਿਖਿਆ ਵੀ ਘੈਂਟ ਆ ਗਾਣਾ ਵਿੱਚ, ਗੱਲਾਂ ਬਹੁਤ ਸੋਹਣੀਆਂ ਲੱਗੀਆਂ ਹੈ ਨਾ ਮੈਨੂੰ ਜਿਹੜੀਆਂ ਗਾਣੇ ਦੇ ਵਿੱਚ ਕੀਤੀਆਂ ਹੈਗਾ ਹੈ ਨਾ। ਇੱਕ ਉਹ ਸਪੈਸ਼ਲੀ ਉਹ ਲਾਈਨ ਬਹੁਤ ਸੋਹਣੀ ਲੱਗੀ ਮੈਨੂੰ ਜਿਹੜੀ ਕਹੀ ਆ ਬਾਈ ਨੇ ਹੈ ਨਾ, ਵੀ ਅਸੀਂ ਮਾੜੇ ਬੰਦੇ ਨਾਲ ਵੈਰ ਨਹੀਂ ਪਾਇਆ ਕਦੇ ਹੈ ਨਾ। ਹੁੱਕ ਲਾਈਨ ਸੋਹਣੀ ਸੀਗੀ ਗਾਣੇ ਦੀ, ਲਿਖਿਆ ਘੈਂਟ ਆ ਗਾਣਾ ਹੈ ਨਾ ਸਾਰੇ ਹੀ ਲਗਭਗ, ਬਾਕੀ ਮਿਊਜ਼ਿਕ ਵੀ ਘੈਂਟ ਸੀਗਾ ਬਾਈ, ਗਨ ਸ਼ੋਟਾਂ ਦੀ ਆਵਾਜ਼ ਵੀ ਦਿੱਤੀ ਗਈ ਸੀਗੀ ਵਿੱਚ ਅਤੇ ਉਹ ਵੀ ਘੈਂਟ ਲੱਗ ਰਹੀ ਸੀ ਹੈ ਨਾ, ਇੰਪੈਕਟ ਜਿਹਾ ਵਧਾ ਰਹੀ ਸੀ ਮਿਊਜ਼ਿਕ ਦਾ ਹੈ ਨਾ ਉਹ ਚੀਜ਼। ਬਾਕੀ ਕੁੱਲ ਮਿਲਾ ਕੇ ਘੈਂਟ ਸੀਗਾ ਕੰਮ, ਵਿਜ਼ੂਅਲਸ ਵੀ ਸੋਹਣੇ ਸੀ ਬਾਈ ਦੀ, ਵੋਕਲ ਵੀ ਘੈਂਟ ਹੈਗੀ। ਲਿੰਕ ਇਹ ਗਾਣੇ ਦਾ ਡਿਸਕ੍ਰਿਪਸ਼ਨ ਦੇ ਵਿੱਚ ਆ, ਜਾ ਕੇ ਗਾਣਾ ਚੈੱਕ ਜ਼ਰੂਰ ਕਰਿਓ, ਵਧੀਆ ਲੱਗਿਆ ਆਪਣੇ ਯਾਰਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਬਸ ਇਹੀ ਸੀਗੀ ਆਪਣੀ ਅੱਜ ਦੀ ਵੀਡੀਓ ਬਾਈ, ਆਪਣੀ ਵੀਡੀਓ ਵਧੀਆ ਲੱਗੀ ਆਪਣੀ ਵੀਡੀਓ ਨੂੰ ਵੀ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ, ਧੰਨਵਾਦ। Sounds steadily.